ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਤੁਹਾਡਾ ਦੋਸਤ ਜਸਪ੍ਰੀਤ ਜੈਜ਼ ਅੱਜ ਬੜੇ ਜੋਸ਼ ਦੇ ਨਾਲ ਤੁਹਾਡਾ ਸਵਾਗਤ ਕਰ ਰਿਹਾ ਇਸ ਪ੍ਰੋਗਰਾਮ ਜਿਸ ਦਾ ਨਾਮ ਹੈ ਦਾਸਤਾਂ ਹੁਨਰ। ਜੋਸ਼ ਤਾਂ ਆਏਗਾ ਹੀ, ਕਿਉਂਕਿ ਅੱਜ ਮੇਰੇ ਨਾਲ ਉਹ ਕਲਾਕਾਰ, ਅੱਜ ਮੈਂ ਕਹਾਂਗਾ ਉਹ ਫਨਕਾਰ ਨੇ ਮੇਰੇ ਨਾਲ ਜਿਨ੍ਹਾਂ ਨੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਪੂਰੀ ਦੁਨੀਆਂ ਦੇ ਵਿੱਚ ਧਮਾਲ ਪਾਤੀ ਹੈ। ਉਹ ਨਾਮ ਨਹੀਂ ਮੈਂ ਦੱਸੂੰਗਾ, ਉਹ ਨਾਮ ਦੱਸੂੰਗਾ ਥੋੜੀ ਜਿਹੀ ਦੇਰ ਤੋਂ ਬਾਅਦ, ਕਿਉਂਕਿ ਅਸੀਂ ਉਹਨਾਂ ਦੇ ਚਿਹਰੇ ਨੂੰ, ਉਹਨਾਂ ਦੀ ਸ਼ਖਸੀਅਤ ਨੂੰ ਅੱਜ ਦੁਨੀਆਂ ਤੋਂ ਬੱਚਾ ਚਾਹੁੰਦਾ ਹੈ ਉਹਨਾਂ ਨਾਲ ਤਸਵੀਰ ਖਿਚਾਉਣਾ, ਅੱਜ ਚਾਹੁੰਦਾ ਉਹਨਾਂ ਨਾਲ ਸੈਲਫੀ ਲੈਣਾ। ਉਹ ਫਨਕਾਰ ਜਿਨ੍ਹਾਂ ਦੇ ਦੀਦਾਰ ਹੋਣ ਜਾ ਰਹੇ ਨੇ, ਉਹ ਹਨ ਹਰਮਨ ਚੀਮਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਹਰਮਨ ਚੀਮਾ, ਵਰਲਡ ਵਾਈਡ ਫੇਮਸ ਦਾਸਤਾਂ ਏ ਹੁਨਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਾਡੇ ਜਸਪ੍ਰੀਤ ਜੈ ਜੀ ਨੇ ਅੱਜ ਸਾਨੂੰ ਇੱਥੇ ਬੁਲਾਇਆ, ਬਹੁਤ ਮਾਣ ਮਹਿਸੂਸ ਹੁੰਦਾ। ਪਹਿਲਾਂ ਹੀ ਬਹੁਤ ਇੰਟਰਵਿਊ ਕੀਤੀਆਂ, ਪਰ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ। ਇਹਨਾਂ ਦਾ ਸੈੱਟ ਹੀ ਬਹੁਤ ਵਧੀਆ, ਬਹੁਤ ਡਿਫਰੈਂਟ ਹੈ ਜੀ, ਬਹੁਤ ਸੋਹਣਾ ਸੈੱਟ ਹੈ ਇਹਨਾਂ ਦਾ। ਸਰ, ਸੈੱਟ ਤੇ ਸਾਨੂੰ ਤੁਸੀਂ ਬੈਠ ਗਏ ਨਾ, ਸਾਡਾ ਸੈੱਟ ਹੋਰ ਚਮਕ ਰਿਹਾ ਜੀ। ਨਹੀਂ ਨਹੀਂ, ਬਹੁਤ ਵਧੀਆ ਜੀ। ਤੁਹਾਨੂੰ ਪਤਾ ਜਦੋਂ ਸਾਡਾ ਸ਼ੋਅ ਸ਼ੁਰੂ ਹੋਏ ਨੂੰ ਕਾਫੀ ਐਪੀਸੋਡ ਹੋ ਗਏ, ਅਸੀਂ ਤਦ ਦਾ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਲੇਕਿਨ ਜਿਹੜੇ ਸਾਡੇ ਇੱਥੇ ਸਟਾਰਸ ਆਉਂਦੇ ਨੇ, ਉਹ ਆਉਂਦੇ ਮਤਲਬ ਸਟਾਰਸ ਹੀ ਆਉਂਦੇ ਨੇ, ਔਰ ਜੇ ਵੇਟ ਨਾ ਕਰਾਉਣ ਤਾਂ ਸਟਾਰ ਕਿੱਥੋਂ ਹੋ ਗਏ। ਹਾਂਜੀ ਹਾਂਜੀ, ਹੈ ਨਾ। ਜਿਹੜੇ ਵੀ ਆਉਂਦੇ ਨੇ ਸਟਾਰ 6 ਮਹੀਨੇ, 1 ਸਾਲ, 1.5 ਸਾਲ ਦੀ ਵੇਟ ਤੋਂ ਬਾਅਦ ਆਉਂਦੇ ਨੇ, ਲੇਕਿਨ ਜਦੋਂ ਵੀ ਆਉਂਦੇ ਨੇ ਇੰਨੀ ਧਮਾਲਾ ਪਾ ਕੇ ਜਾਂਦੇ ਨੇ ਜਿਵੇਂ ਤੁਸੀਂ ਅੱਜ ਪਾਣੀਆਂ ਨੇ, ਤੇ ਸਾਡੇ ਜਿਹੜੇ ਪੂਰੇ ਵਰਲਡ ਆਡੀਅੰਸ ਬੈਠੀ ਹੈ ਉਹ ਬਹੁਤ ਪਿਆਰ ਦਿੰਦੀ ਹੈ ਸਰ। ਹਾਂਜੀ, ਅੱਜ ਆਪਾਂ ਗੱਲਬਾਤ ਕਰਾਂਗੇ ਥੋੜੀ ਜਿਹੀ ਖੱਟੀ, ਥੋੜੀ ਜਿਹੀ ਮਿੱਠੀ, ਲਾਈਫ ਸਟਾਈਲ ਬਾਰੇ, ਹੈ ਨਾ। ਬਿਲਕੁਲ ਜੀ, ਬਿਲਕੁਲ। ਅੱਛਾ, ਤੁਹਾਡਾ ਸਭ ਆਪਾਂ ਗੱਲ ਕਰੇ ਤੁਹਾਡੇ ਸਵੈਗ ਤੋਂ, ਤੁਹਾਡੀ ਅਲੱਗ ਮੁੱਛਾਂ ਖੁੰਡੀਆਂ ਤੇ ਖੜੀਆਂ ਦੇ ਲਾਇਕ, ਹੈ ਨਾ। ਹਾਂਜੀ, ਇਸ ਤੋਂ ਦੱਸੋ ਤੁਸੀਂ ਇਹ ਲਾਈਫ ਕਿਵੇਂ ਸ਼ੁਰੂ ਹੋਈ, ਇਹ ਮੁੱਛਾਂ ਖੜੀਆਂ ਕਿਵੇਂ ਹੋਈਆਂ? ਬਸ ਜੀ, ਏਦਾਂ ਹੀ। ਕਿਸੇ ਨੇ ਮੈਨੂੰ, ਮੈਂ ਪੜ੍ਹਦਾ ਹੁੰਦਾ ਸੀਗਾ 5ਵੀਂ 6ਵੀਂ ਕਲਾਸ ਦੇ ਵਿੱਚ ਜੀ ਸਰ, ਮੇਰੇ ਪਟਿਆਲੇ ਦਾ ਜਨਮ ਹੈ, ਇੱਥੇ ਰਣਜੀਤ ਨਗਰ ਮੈਂ ਰਹਿੰਦਾ ਹਾਂ, ਮੇਰਾ ਰੈਸੀਡੈਂਸ ਐਡਰੈਸ ਮੇਰਾ ਪਟਿਆਲੇ ਰਣਜੀਤ ਨਗਰ ਦੇ ਵਿੱਚ, ਅਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੀ ਟਾਊਨ ਪਟਿਆਲਾ ਤੋਂ ਮੈਂ ਪੜ੍ਹਿਆ ਹਾਂ 10ਵੀਂ ਤੱਕ, ਅਤੇ 12ਵੀਂ ਦੇ ਵਿੱਚ ਫਿਰ ਮੈਨੇ ਪ੍ਰਾਈਵੇਟ ਕੀਤੀ ਪਲੱਸ ਟੂ ਆਪਣੀ, ਅਤੇ ਉੱਥੇ ਇੱਕ ਮੈਡਮ ਸੀਗੇ ਜੀ, ਆਪਣਾ ਬਲਜਿੰਦਰ ਕੌਰ ਮੈਡਮ ਸੀਗੇ, ਅਤੇ ਜਦੋਂ ਮੈਂ ਕਲਾਸ ਦੇ ਵਿੱਚ, ਜਦੋਂ ਕਿ ਹੁੰਦਾ ਨਹੀਂ ਸੀਗਾ ਉਸ ਟਾਈਮ, ਮੈਂ ਇਕੱਲਾ ਗਾਇਆ ਕਰਦਾ ਸੀਗਾ, ਅਤੇ ਮੈਡਮ ਨੂੰ ਕਿਸੇ ਨਾ ਕਿਸੇ ਸਟੂਡੈਂਟ ਨੇ ਦੱਸ ਦੇਣਾ ਵੀ ਕਿ ਜਤਿੰਦਰ ਇੱਦਾਂ ਇੱਦਾਂ ਕਰਦਾ ਜੀ, ਉੱਥੇ ਗਾਉਂਦਾ ਆ, ਅਤੇ ਮੇਰਾ ਨਾ ਨਿੱਕ ਨੇ ਮੇਰਾ ਜਤਿੰਦਰ ਹੈ, ਸਕੂਲ ਦੇ ਵਿੱਚ ਮੈਨੂੰ ਜਤਿੰਦਰ ਕਹਿੰਦੇ ਨੇ, ਅਤੇ ਘਰੇ ਮੈਨੂੰ ਵਿੱਕੀ ਕਹਿੰਦੇ ਨੇ, ਅਤੇ ਵਧੀਆ ਜੀ ਆਪਣਾ। ਉਸ ਟਾਈਮ ਜਦੋਂ ਮੈਂ ਗਾਉਂਦਾ ਹੁੰਦਾ ਸੀਗਾ ਅਤੇ ਕੋਈ ਨਾ ਕਿਸੇ ਨਾ ਕਿਸੇ ਸਟੂਡੈਂਟ ਨੇ ਮੈਡਮ ਨੂੰ ਸ਼ਿਕਾਇਤ ਕਰ ਦੇਣੀ ਕਿ ਚੀਮਾ ਹਰਮਨ ਜਤਿੰਦਰ ਇੱਦਾਂ ਇੱਦਾਂ ਦਾ ਗਾਉਂਦਾ ਜੀ, ਤਾਂ ਫਿਰ ਮੈਡਮ ਨੇ ਮੈਨੂੰ ਕਹਿਣਾ ਕਿ ਕੀ ਰੱਖਿਆ ਕੁਛ ਨਹੀਂ, ਪਰ ਫਿਰ ਵੀ ਜਦੋਂ ਅੱਜ ਵੀ 7-8 ਸਾਲ ਬਾਅਦ ਮੈਨੂੰ ਮੈਡਮ ਮਿਲਦੇ ਆ, ਦੁੱਖਨਿਵਾਰ ਸਾਹਿਬ ਮੈਂ ਹੁਣ ਵੀ ਜਾਂਦਾ, ਪਹਿਲਾਂ ਵੀ ਜਾਂਦਾ ਸੀਗਾ, ਅਤੇ ਜਦੋਂ ਵੀ ਮੈਨੂੰ ਮਿਲਦੇ ਆ ਅਤੇ ਯਾਦ ਕਰਦੇ ਆ ਕਿ ਜੇ ਉਸ ਟਾਈਮ, ਮੈਂ ਉਹਨਾਂ ਨੂੰ ਕਹਿੰਦਾ ਮੈਡਮ ਨੂੰ ਕਿ ਜੇ ਉਸ ਟਾਈਮ ਤੁਸੀਂ ਮੈਨੂੰ ਨਾ ਡਾਂਟਦੇ ਤਾਂ ਮੈਂ ਅੱਜ ਸਟਾਰ ਨਹੀਂ ਹੋਣਾ ਸੀਗਾ ਜੀ, ਜੋ ਵੀ ਆ ਉਹਨਾਂ ਮੈਡਮ ਕਰਕੇ ਹੀ ਉਹਨਾਂ ਨੇ ਮੈਨੂੰ ਡਾਂਟਿਆ, ਜੇ ਨਾ ਡਾਂਟਦੇ ਤਾਂ ਮੈਂ ਅੱਜ ਕਲਾਕਾਰ ਨਾ ਬਣਦਾ ਜੀ। ਵਾਹ ਜੀ ਵਾਹ, ਬਹੁਤ ਬਹੁਤ ਅੱਛਾ ਲੱਗਿਆ। ਮੈਂ ਉਸ ਮੈਮ ਦਾ ਨਾਮ, ਉਹਨਾਂ ਮੈਮ ਦਾ ਨਾਮ ਜਾਣ ਸਕਦਾ ਜੀ? ਬਲਜਿੰਦਰ ਕੌਰ ਮੈਡਮ ਜੀ। ਬਲਜਿੰਦਰ ਜੀ, ਬਲਜਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਮੈਂ ਜਸਪ੍ਰੀਤ ਜੈਜ਼ ਤੁਹਾਡਾ ਇੱਕ ਵਾਰ ਤਹਿ ਦਿਲੋਂ ਸਵਾਗਤ ਕਰਦਾ ਤੇ ਧੰਨਵਾਦ ਕਰਦਾ ਇਸ ਕਰਕੇ ਕਿ ਤੁਸੀਂ ਇੰਨੇ ਵੱਡੇ ਕਲਾਕਾਰ ਨੂੰ ਸਾਡੇ ਗਲਿਆਂ ਦੇ ਵਿੱਚ ਬੜਾ ਵੱਡਾ ਯੋਗਦਾਨ ਦਿੱਤਾ ਹੈ। ਜੇ ਤੁਸੀਂ ਇਸ ਕਲਾਕਾਰ ਨੂੰ ਨਾ ਟੋਕਦੇ ਤਾਂ ਇਹ ਕਲਾਕਾਰ ਸ਼ਾਇਦ ਅੱਜ ਆਪਣੇ ਘਰ ਬੈਠਾ ਹੁੰਦਾ ਜਾਂ ਕਿਤੇ ਹੋਰ ਹੁੰਦਾ, ਲੇਕਿਨ ਅੱਜ ਇਹ ਕਲਾਕਾਰ ਦੁਨੀਆਂ ਦੇ ਹਰ ਕੋਨੇ ਛਾ ਰਿਹਾ, ਸਿਰਫ ਤੁਹਾਡੀ ਵੀ ਇੱਕ ਵੱਡੀ ਮਿਹਨਤ ਕਰਕੇ, ਤੁਹਾਡੀ ਇੱਕ ਡਾਂਟ ਕਰਕੇ। ਹਾਂਜੀ, ਬਿਲਕੁਲ। ਦੋਸਤਾਂ ਦਾ ਸਾਥ ਕਿਵੇਂ ਰਿਹਾ ਤੁਹਾਡਾ ਬਚਪਨ ਦੇ ਵਿੱਚ? ਦੋਸਤਾਂ ਦਾ ਸਾਥ ਮੇਰਾ ਇੱਕ ਮਿੱਤਰ ਹੈ ਜੀ, ਧਰਮਿੰਦਰ ਸਿੰਘ ਉਹਦਾ ਨਾਂ, ਇੱਥੇ ਪਟਿਆਲੇ ਦਾ ਜੀ, ਉਹ ਵੀ ਜੰਮਪਲਾ, ਅਤੇ ਅਸੀਂ ਬਹੁਤ ਵਧੀਆ ਦੋਸਤ ਸੀਗੇ, ਅਤੇ ਹੁਣ ਵੀ ਵੀਰੇ ਨਾਲ ਬਹੁਤ ਵਧੀਆ ਤਰੀਕੇ ਨਾਲ ਵਧੀਆ ਗੱਲ ਕਰਦੇ ਹਾਂ ਆਪਣਾ, ਅਤੇ ਅੱਜ ਜੋ ਵੀ ਹਾਂ ਮੈਂ ਉਹਦੇ ਕਰਕੇ ਹੀ ਹਾਂ, ਉਹਨੇ ਮੈਨੂੰ ਬਹੁਤ ਸਪੋਰਟ ਕੀਤੀ, ਅਤੇ ਆਪਣਾ ਮੇਰੇ ਨਾਲ ਪੜ੍ਹਿਆ ਉਹ ਸਿਵਲ ਲਾਈਨ ਸਕੂਲ ਦੇ ਵਿੱਚ, ਖੈਰ ਮੈਂ ਸਿਵਲ ਲਾਈਨ ਸਕੂਲ ਦੇ ਵਿੱਚ ਨਹੀਂ ਸੀਗਾ, ਪਰ ਜਦੋਂ ਅਸੀਂ ਛੋਟੇ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ, ਪਹਿਲੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕ ਪੜ੍ਹੇ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਆਨੰਦ ਨਗਰ ਵੀ ਪਟਿਆਲਾ, ਅਤੇ ਇੱਥੇ ਪੜ੍ਹਦੇ ਹੁੰਦੇ ਸੀ ਇਕੱਠੇ ਅਸੀਂ ਦੋਨੋਂ, ਅਤੇ ਹੁਣ ਤਾਂ ਉਹ ਸਰਕਾਰੀ ਜੋਬ ਕਰਦਾ ਆ, ਅਤੇ ਹੁਣ ਵੀ ਜੋ ਜੇ ਅੱਜ ਵੀ ਮਿਲਦਾ ਆ ਉਹ ਤਾਂ ਭਰਾਵਾਂ ਦੀ ਤਰ੍ਹਾਂ ਮਿਲੀਦਾ ਆ, ਉਹਨੂੰ ਕੋਈ ਸਟਾਰਾਂ ਵਾਲੀ ਫੀਲਿੰਗ ਨਹੀਂ, ਜੋ ਵੀ ਆ ਉਹਦੇ ਕਰਕੇ ਹੀ ਆ ਭਰਾ, ਉਹਨੇ ਬਹੁਤ ਸਾਥ ਦਿੱਤਾ ਮੇਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ, ਹੁਣ ਵੀ ਕਰਦਾ ਸਪੋਰਟ ਭਰਾ ਆਪਣਾ, ਉਹਦਾ ਨਾਮ ਧਰਮਿੰਦਰ ਸਿੰਘ ਆ। ਧਰਮਿੰਦਰ ਜੀ, ਮੈਂ ਮੇਰਾ ਕੰਮ ਹੀ ਇਹੀ ਹੈ ਤੁਹਾਨੂੰ ਸਭ ਨੂੰ ਮਾਣ ਬਖਸ਼ਣਾ, ਤੁਹਾਨੂੰ ਸਭ ਦੀ ਇੱਜ਼ਤ ਕਰਨੀ, ਤੁਹਾਨੂੰ ਪਿਆਰ ਦੇਣਾ। ਸਾਡੇ ਪੂਰੇ ਬੁਲੰਦ ਟੀਵੀ ਦੇ ਕ੍ਰੀਏਟਿਵ ਟੀਮ, ਕ੍ਰੀਏਟਿਵ ਡਾਇਰੈਕਟਰ, ਸਾਡੇ MD, ਸਾਡੇ ਜਿੰਨੇ ਵੀ ਜਿਊਰੀ ਹੈ,
ਜਿਹਨੇ ਵੀ ਸਾਡੇ ਪ੍ਰੋਡਕਸ਼ਨ ਵਾਲੇ ਹਨ ਸਭ ਦੇ ਵੱਲੋਂ ਅਸੀਂ ਸਭ ਦੇ ਵੱਲੋਂ ਤੁਹਾਡਾ ਥੈਂਕਸ ਕਰਦੇ ਹਾਂ ਕਿਉਂਕਿ ਜਿਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਰਹਿੰਦਾ ਸਾਡੇ ਕੋਲ ਸਿੰਗਰ ਨੂੰ, ਚਾਹੇ ਉਹ ਡਾਇਰੈਕਟਰ, ਚਾਹੇ ਮਿਊਜ਼ਿਕ ਡਾਇਰੈਕਟਰ, ਚਾਹੇ ਲਿਰਿਸਿਸਟ ਹੁੰਦੇ ਨੇ ਜਾਂ ਚਾਹੇ ਉਹ ਮਾਡਲ ਹੀ ਕਿਉਂ ਨਾ ਹੋਣ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਰੋਲ ਰਹਿੰਦਾ, ਮਿਹਨਤ ਦਾ ਰੋਲ ਕੰਮ ਰਹਿੰਦਾ, ਅਸੀਂ ਉਹਨਾਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਹਾਡੀ ਮਿਹਨਤ ਕਰਕੇ, ਤੁਹਾਡੇ ਸਦਕਾ ਅੱਜ ਉਹ ਕਲਾਕਾਰ ਸਾਡੇ ਨਾਲ ਬੈਠੇ ਹੁੰਦੇ ਨੇ ਤੇ ਸਾਨੂੰ ਵੀ ਗਰਵ ਨਾਲ ਕਹਿਣਾ ਪੈਂਦਾ, ਸਾਨੂੰ ਵੀ ਮਾਣ ਮਹਿਸੂਸ ਹੁੰਦਾ ਕਿ ਅਸੀਂ ਇੰਨੇ ਵੱਡੇ ਸਟਾਰਾਂ ਦੇ ਨਾਲ ਬੈਠੇ ਹੋਏ ਹਾਂ। ਨਹੀਂ ਨਹੀਂ ਜੀ, ਏਦਾਂ ਦੀ ਤੇ ਹੁਣ ਦੇਖੋ ਤੁਸੀਂ ਆਏ ਹੋ। ਹਾਂਜੀ ਸਰ, ਅਸੀਂ ਰੰਗ ਤਾਂ ਲਾਵਾਂਗੇ, ਉਸ ਤੋਂ ਪਹਿਲੇ ਗਾਣਾ ਸੁਣਾਂਗੇ ਜ਼ਰੂਰ, ਉਸ ਤੋਂ ਬਾਅਦ ਗੱਲਾਂ ਸ਼ੁਰੂ ਕਰਾਂਗੇ। ਹਾਂਜੀ ਹਾਂਜੀ, ਤੇ ਨਵਾਂ ਲੇਟੈਸਟ ਗਾਣਾ ਆ ਰਿਹਾ ਜੀ ਆਪਣਾ ਜੀਓ, ਤੇ ਲੋਕਾਂ ਨੇ ਜੀਓ ਦੇ ਸਿਮ ਦਾ ਜ਼ਰੂਰ ਦੇਖੇ ਹੋਣਗੇ, ਚਲਾਉਂਦੇ ਵੀ ਆ, ਨੈੱਟ ਵਧੀਆ ਚੱਲਦਾ ਹੈ 4 ਮਹੀਨੇ ਤੇ ਹਰਮਨ ਜੀ ਮੈਂ ਫਸਟ ਟਾਈਮ ਜੀਓ ਤੇ ਗਾਣਾ ਕੱਢਣ ਲੱਗਿਆ, ਕਹਿੰਦਾ ਉਹ ਇੰਨਾ ਜੀਓ ਵੀ ਨਹੀਂ ਹੋਣਾ ਮਸ਼ਹੂਰ ਬਾਬੇ ਨੇ ਜਿੰਨਾ ਹਿੱਟ ਕਰਤਾ, ਉਹ ਗੁੱਚੀ ਵਰਗਾ ਬ੍ਰਾਂਡ ਹੋਇਆ ਚੀਮਾ ਫਟੇ ਚ ਕਿੱਲ ਫਿੱਟ ਕਰਤਾ, ਹੁਣ ਪਰਲੀ ਆਵਾਜ਼ ਨੇ ਉਡਾਰੀ ਨੀ ਕੌਣ ਥੱਲੇ ਲਾਊ ਕੁੜੀਏ, ਉਹ ਥੋੜਾ ਟਾਈਮ ਰੁਕ ਜਰਾ ਹੁਣ ਸੋਣੀਏ ਮੂਵੀ ਚ ਯਾਰ ਆਊ ਕੁੜੀਏ, ਬਾਲੀਵੁੱਡ ਚੀਮਾ ਜਾਊ ਕੁੜੀਏ ਨੀ ਫਿਲਮਾਂ ਚ ਜਾਊ ਕੁੜੀਏ, ਉਹ ਤੇਰਾ ਕਰ ਲਿਆ ਜੈਕੀ ਕਿਡਨੈਪ ਨੀ ਜਿਹੜਾ ਦਿਸ ਦਹਿਟ ਕਰਦਾ, ਉਹ ਕਦੀ ਮਾੜਾ ਨਾ ਮੈਂ ਕਰਦਾ ਸ਼ਿਕਾਰ ਨੀ ਸਾਰੇ ਕੰਮ ਘੈਂਟ ਕਰਦਾ, ਉਹ ਤੂੰ ਵੀ ਸ਼ੀਸ਼ੇ ਮੂਹਰੇ ਕਰ ਲੈ ਰੇ ਹਸਲਾਂ ਨੀ ਕਾਸਟਿੰਗ ਕਰਾਊ ਕੁੜੀਏ, ਉਹ ਥੋੜਾ ਟਾਈਮ ਰੁਕ ਜਰਾ ਹੁਣ ਸੋਣੀਏ ਮੂਵੀ ਚ ਯਾਰ ਆਊ ਕੁੜੀਏ, ਬਾਲੀਵੁੱਡ ਚ ਮਾ ਜਾਊ ਕੁੜੀਏ ਨੀ ਫਿਲਮਾਂ ਚ ਆਊ ਕੁੜੀਏ। ਵਾਹ ਜੀ ਵਾਹ ਜੀ ਵਾਹ, ਬੜਾ ਬੜਾ ਪਿਆਰਾ ਗਾਇਆ, ਔਰ ਇੱਕ ਅਲਫਾਜ਼ ਇਹਨੇ ਅੱਛੇ ਸੀਗੇ ਕਿ ਚੀਮਾ ਹੁਣ ਬਾਲੀਵੁੱਡ ਦੇ ਵਿੱਚ ਜਾ ਰਿਹਾ ਤੇ ਉਸ ਕੁੜੀ ਨੂੰ ਕਿਹਾ ਕਿ ਤੈਨੂੰ ਤੂੰ ਹੁਣ ਕਾਸਟਿੰਗ ਲਈ ਤਿਆਰ ਹੋ ਜਾ, ਯਾਨੀ ਕਿ ਤੂੰ ਫਿਲਮ ਦੇ ਵਿੱਚ ਆਉਣ ਲਈ ਬਿਲਕੁਲ ਜੀ ਬਿਲਕੁਲ ਤਿਆਰ ਹੋ ਜਾ। ਇਹਨਾਂ ਦੀ ਉਸ ਹੌਸਲੇ ਨੂੰ ਬੁਲੰਦ ਰੱਖਿਆ ਬੇਸੂਰੇ, ਜਿਹਨੂੰ ਕਲਾਕਾਰ 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 ਹੁੰਦਾ ਹੈ, ਚਾਹੇ ਉਹ ਐਕਟਰ ਹੋਵੇ, ਚਾਹੇ ਉਹ ਡਾਇਰੈਕਟਰ ਹੋਵੇ, ਚਾਹੇ ਉਹ ਕਾਮੇਡੀਅਨ ਹੋਵੇ, ਚਾਹੇ ਉਹ ਵਿਲਨ ਹੋਵੇ, ਵਿਲਨ ਦਾ ਕਰੈਕਟਰ ਵੀ ਪਲੇ ਕਰਨਾ ਜ਼ਿੰਦਗੀ ਦਾ ਸਭ ਤੋਂ ਔਖਾ ਕੰਮ ਹੈ, ਔਰ ਉਸ ਤੋਂ ਔਖਾ ਕੰਮ ਹੈ ਕਾਮੇਡੀ ਕਰਨਾ, ਕਾਮੇਡੀਅਨ ਬਣਨਾ। ਔਰ ਇਹੋ ਜਿਹੇ ਕਲਾਕਾਰ ਜਿਨ੍ਹਾਂ ਨੇ ਦੁਨੀਆ 'ਤੇ ਨਾਮ ਰੋਸ਼ਨ ਕੀਤਾ ਹੋਇਆ ਹੈ, ਜਿਹਨਾਂ ਨੂੰ ਅੱਜ ਬਾਲੀਵੁੱਡ ਦੇ ਵਿੱਚ ਔਫਰ ਆ ਰਹੀਆਂ ਨੇ, ਉਹ ਕਲਾਕਾਰ ਨੂੰ ਜੇ ਤੁਸੀਂ ਇਹ ਵੀ ਕਹਿੰਦੇ ਹੋ ਕਿ ਬੇਸੁਰੇ ਜਾਂ ਬੇਸੁਰੀਲੇ ਇਹਨਾਂ ਨੇ, ਤਾਂ ਮੇਰੇ ਖਿਆਲ ਦੇ ਵਿੱਚ ਇਸ ਤੋਂ ਵੱਡੀ ਅਫਸੋਸ ਤੇ ਦੁੱਖ ਦੀ ਗੱਲ ਕੋਈ ਨਹੀਂ ਹੋਏਗੀ, ਕਿਉਂਕਿ ਮੈਨੂੰ ਇਸ ਗੱਲ ਨੂੰ ਕਹਿੰਦੇ ਹੋਏ ਦੁੱਖ ਹੋ ਰਿਹਾ ਹੈ, ਕਹਿਣਾ ਪੈ ਰਿਹਾ ਇਸ ਤਰ੍ਹਾਂ ਕਿ ਕਦੀ ਵੀ ਕਲਾਕਾਰ ਦੀ ਕਦੀ ਵੀ ਕਲਾਕਾਰ ਦੀ ਪਿੱਠ ਤੇ ਜਾਂ ਮੂੰਹ ਤੇ ਉਹਦੀ ਕਦੀ ਬੇਇੱਜ਼ਤੀ ਨਾ ਕਰੋ, ਉਹ ਉਸਨੂੰ ਉਸਦੀ ਜਿੰਨੀ ਵੀ ਕਲਾ ਹੈਗੀ ਉਹਨੂੰ ਸਹਾਰਨਾ ਦਿਓ, ਉਸਨੂੰ ਪਿਆਰ ਦਿਓ। ਕਲਾਕਾਰ ਸਿਰਫ ਤੁਹਾਡੇ ਪਿਆਰ ਦਾ ਭੁੱਖਾ ਹੈ, ਉਹਦੀ ਖੁਰਾਕ ਰੋਟੀ ਨਹੀਂ ਤੁਹਾਡਾ ਪਿਆਰ ਹੈ, ਜਿਹੜਾ ਤੁਸੀਂ ਪਿਆਰ ਦਿੱਤਾ ਚੀਮਾ ਸਾਹਿਬ ਨੂੰ, ਅੱਜ ਉਹ ਹੀ ਖੁਰਾਕ ਖਾ ਕੇ ਸਾਡੇ ਕੋਲ ਚੀਮਾ ਸਾਹਿਬ ਬੈਠੇ ਹੋਏ ਨੇ। ਬਿਲਕੁਲ ਜੀ ਬਿਲਕੁਲ, ਤੁਹਾਡੇ ਭਾਵਾਂ ਕਰਕੇ ਸਾਰਿਆਂ ਕਰਕੇ ਜੀ। ਚੀਮਾ ਸਾਹਿਬ ਇਹ ਲੋਕ ਜਿਵੇਂ ਮਜ਼ਾਕ ਕੀਤਾ ਹੈ ਉਹ ਕੀਤਾ ਹੈ, ਤੇ ਡੈਵੀ ਸਾਹਿਬ ਨੂੰ ਅਸੀਂ ਜਿਵੇਂ ਗੱਲਬਾਤ ਚੱਲ ਰਹੀ ਸੀਗੀ ਕਿ ਤੁਹਾਨੂੰ ਇੰਡਸਟਰੀ ਦੇ ਵਿੱਚ ਲਿਆਉਣ ਦਾ ਸਭ ਤੋਂ ਵੱਡਾ ਮੇਨ ਮਕਸਦ ਹੀ ਆਈ ਸੀਗਾ। ਹਾਂਜੀ ਹਾਂਜੀ ਹਾਂਜੀ, ਤੁਸੀਂ ਇਸ ਬਾਰੇ ਸਾਨੂੰ ਦੱਸੋ ਕਿ ਇਸ ਬਾਰੇ। ਜੀ ਮੈਂ ਜਦੋਂ 8ਵੀਂ 9ਵੀਂ ਕਲਾਸ 'ਚ ਪੜ੍ਹਦਾ ਹੁੰਦਾ ਸੀਗਾ ਤੇ ਸਾਡੇ ਭੰਗੜੇ ਦੇ ਕੈਪਟਨ ਅਮਰਦੀਪ ਸਿੰਘ ਪਨੇਸਰ ਜੀ, ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਉਹ ਮਿਲੇ ਜੀ, ਤੇ ਉਹਨਾਂ ਤੋਂ ਪਹਿਲਾਂ ਤਾਂ ਮੈਂ ਡੈਵੀ ਭਾਅ ਜੀ ਨੂੰ ਜਾਣਦਾ ਸੀਗਾ, 2010-12 ਤੋਂ ਜਾਣਦਾ ਸੀਗਾ ਭਾਅ ਜੀ ਨੂੰ ਮੈਂ, ਤੇ ਉਦੋਂ ਮੈਂ 8th ਕਲਾਸ 'ਚ ਪੜ੍ਹਦਾ ਹੁੰਦਾ ਸੀਗਾ ਜਦੋਂ ਮੈਂ ਡੈਵੀ ਭਾਅ ਜੀ ਨੂੰ ਜਾਣਦਾ ਸੀਗਾ, ਤੇ ਉਦੋਂ ਹੀ ਮੈਨੂੰ ਆਪਣਾ ਉਸ ਤੋਂ ਬਾਅਦ ਮੈਨੂੰ ਅਮਰਦੀਪ ਸਿੰਘ ਪਨੇਸਰ ਜੀ ਮਿਲੇ ਤੇ ਉਹਨਾਂ ਨੇ ਮੈਨੂੰ ਇੰਡਸਟਰੀ 'ਚ ਲੈ ਕੇ ਆਏ, ਤੇ ਫਿਰ ਮੈਨੂੰ ਤੇ ਇੰਦਰ ਪੰਡੋਰੀ ਭਾਅ ਜੀ ਬਹੁਤ ਤਕੜੇ ਰਾਈਟਰ ਆਪਣੇ ਭਾਅ ਜੀ, ਉਹਨਾਂ ਦੇ ਗਾਣੇ ਆਏ ਐਮੀ ਵਿਰਕ ਭਾਅ ਜੀ ਨਾਲ ਤੇ ਹੋਰ ਮਨਕੀਰ ਦੌਲਖ ਨਾਲ, ਜੇਲ੍ਹਾਂ ਵਿੱਚੋਂ ਫੋਨ ਆਉਣਗੇ, ਮੇਲੇ ਵਿੱਚੋਂ ਕੀ ਲੱਭਦਾ, ਗਾਨੀ ਅੱਲੜੇ, ਤੇ ਨਿੱਕਾ ਜਿਹਾ 2 ਫਿਲਮ ਦੇ ਵਿੱਚ ਐਮੀ ਵਿਰਕ ਤੇ ਗੁਰਲੇਜ ਅਖਤਰ ਮੈਡਮ ਨੇ ਗਾਏ ਸੀਗੇ ਗਾਣੇ, ਉਹਨਾਂ ਦੇ ਬਹੁਤ ਹੋਰ ਗਾਣੇ ਆ ਗਾਏ ਭਾਅ ਜੀ ਦੇ, ਤੇ ਉਹਨਾਂ ਨਾਲ ਮਿਲਿਆ, ਉਹਨਾਂ ਨੇ ਮੇਰੇ ਗਾਣੇ ਗੁਣੇ ਕਰਾਏ, ਤੇ ਸਭ ਤੋਂ ਪਹਿਲਾਂ ਤਾਂ ਤੇ ਗੋਲਡਨ ਸੰਘੇੜਾ ਭਾਅ ਜੀ ਦਾ, ਜਿਨ੍ਹਾਂ ਦੇ ਨਾਲ ਕੈਂਬੀ ਬੌਂਡ ਆ, ਦੇਸੀ ਸਵੈਗ ਕੰਪਨੀ ਭਾਅ ਜੀ ਨੇ ਮੇਰਾ ਬਹੁਤ ਸਾਥ ਦਿੱਤਾ, ਧੁਰ ਤੋਂ ਲੈ ਕੇ ਹੁਣ ਤੱਕ ਸਪੋਰਟ ਕਰਦੇ ਨੇ, ਭਾਅ ਜੀ ਦਾ ਬਹੁਤ ਬਹੁਤ ਧੰਨਵਾਦ। ਭਾਅ ਜੀ ਜੇ ਨਾ ਹੁੰਦੇ ਤਾਂ ਅੱਜ ਮੇਰੇ ਗਾਣੇ ਨਾ ਆਉਂਦੇ, ਤੇ ਮੈਂ ਕਲਾਕਾਰ ਦਾ ਹੁੰਦਾ, ਜੋ ਵੀ ਹਾਂ ਮੈਂ ਅੱਜ ਗੋਲਡਨ ਸੰਘੇੜਾ ਭਾਅ ਜੀ ਕਰਕੇ ਹਾਂ, ਤੇ ਬਹੁਤ ਸਪੋਰਟ ਕਰਦੇ ਨੇ ਭਾਅ ਜੀ ਆਪਾਂ ਨੂੰ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਉਹ ਕਲਾਕਾਰ ਨੇ, ਵਰਸੇਟਾਈਲ ਕਲਾਕਾਰ, ਸਿਰਫ ਸਿੰਗਰ ਹੀ ਨਹੀਂ ਬਲਕਿ ਸਾਨੂੰ ਇੱਕ ਇੰਡਸਟਰੀ ਨੂੰ, ਸਾਡੀ ਫਿਲਮੀ ਦੁਨੀਆ ਨੂੰ ਇੱਕ ਅੱਛਾ ਕਲਾਕਾਰ ਐਕਟਰ ਵੀ ਮਿਲਿਆ ਹੈ। ਅੱਜ ਨਹੀਂ ਤਾਂ ਸਾਲ ਬਾਅਦ ਜਾਂ 2 ਸਾਲ ਬਾਅਦ ਤੁਸੀਂ ਬਹੁਤ ਹੀ ਜਲਦ ਚੀਮਾ ਸਾਹਿਬ ਨੂੰ ਬਾਲੀਵੁੱਡ ਫਿਲਮਾਂ ਦੇ ਵਿੱਚ, ਬਾਲੀਵੁੱਡ ਫਿਲਮਾਂ ਦੇ ਵਿੱਚ ਮੈਨੂੰ ਮਾਣ ਹੋਏਗਾ ਜੇ ਬਾਲੀਵੁੱਡ ਫਿਲਮ ਕਰਨਗੇ ਤਾਂ ਉਹਦੇ 'ਚ ਆਪਾਂ ਦੇਖਾਂਗੇ। ਹਾਂਜੀ ਹਾਂਜੀ, ਬਸ ਜੀ ਇਹ ਸਾਲ ਦੇ ਵਿੱਚ ਆਪਣੀ ਫਿਲਮ ਆ ਜਾਣੀ ਆ ਬਸ, ਉਹਦੀ ਤਿਆਰੀਆਂ ਸ਼ੁਰੂ ਹੈ। ਹਾਂਜੀ ਤਿਆਰੀਆਂ ਸ਼ੁਰੂ ਨੇ ਜੀ ਬਸ।
ਟਾਈਮ ਉਹਦੇ ਲਈ ਸਸਪੈਂਸ ਰੱਖਿਆ ਹੋਇਆ। ਜੇ ਮੈਂ ਪਹਿਲਾਂ ਦੱਸਦਾ ਤਾਂ ਸਾਰੇ ਪਾਸੇ ਹੋ ਜਾਣਾ, ਚੀਮਾ ਸਾਹਿਬ ਆ ਗਏ, ਚੀਮਾ ਸਾਹਿਬ ਆ ਗਏ। ਹੁਣ ਜਿਵੇਂ ਤੁਸੀਂ ਸਾਡੇ ਸਟੂਡੀਓ ਚ ਐਂਟਰ ਕਰ ਰਹੇ ਸੀ ਤਾਂ ਸਾਡੀ ਕਾਫੀ ਜਿਹੜਾ ਯੂਨਿਟ ਹੈ ਉਸ ਤੇ ਬਾਰ ਵੀ ਕਹਿ ਰਹੇ ਸੀ ਕਿ ਸਰ ਪਲੀਜ਼ ਮੈਨੂੰ ਚੀਮਾ ਸਾਹਿਬ ਦਾ ਆਟੋਗ੍ਰਾਫ ਕਰਾ ਦੇਣਾ, ਸਰ ਚੀਮਾ ਸਾਹਿਬ ਨਾਲ ਮਿਲਵਾ ਦੇਣਾ। ਤੇ ਜੇ ਤੁਹਾਨੂੰ ਫਿਲਮ ਦਾ ਪਹਿਲਾਂ ਹੀ ਦੱਸ ਦਿੱਤਾ ਗਿਆ ਫਿਰ ਤਾਂ ਬਸ ਤੁਹਾਡਾ ਸਰ ਤੁਹਾਨੂੰ ਤਾਂ ਫਿਰ ਬੜੀ ਸਿਕਿਉਰਿਟੀ ਟਾਈਟ ਕਰਨੀ ਪਏਗੀ। ਹਾਂਜੀ ਹਾਂਜੀ ਜੀ, ਹਾਂਜੀ ਹਾਂਜੀ ਬਿਲਕੁਲ ਜੀ। ਪੜ੍ਹਾਈ ਚ ਕਿਵੇਂ ਸੀਗੇ? ਪੜ੍ਹਾਈ ਚ ਜੀ ਆਪਾਂ ਬਹੁਤ ਠੀਕ ਸੀਗੇ ਜੀ, ਤੇ ਬਹੁਤ ਠੀਕ ਸੀ, ਠੀਕ ਸੀਗੇ ਮਤਲਬ ਜੀ। ਤੇ ਜੀ ਉਹ ਮੈਂ ਨਾ ਹੈ ਤਾਂ ਵਧੀਆ ਸੀ, ਇੰਟੈਲੀਜੈਂਟ ਸੀਗਾ, ਤੇ ਮੈਂ ਸਾਰੇ ਸਟੂਡੈਂਟਾਂ ਦੇ ਨਾਲ ਸਟੂਡੈਂਟਾਂ ਦੇ ਪਿੱਛੇ ਬੈਠਦਾ ਹੁੰਦਾ ਸੀਗਾ ਬੈਂਚ ਦੇ ਪਿੱਛੇ। ਤਾਂ ਫਿਰ ਅੱਜ ਜੋ ਵੀ ਮੈਨੂੰ ਸਟੂਡੈਂਟ ਮਿਲਦੇ ਨੇ ਕਿ ਤੇ ਮੈਨੂੰ ਅੱਜ ਕੇ ਹੀ ਕਹਿੰਦੇ ਨੇ ਕਿ ਯਾਰ ਅਸੀਂ ਮੈਰਿਟ ਦੇ ਵਿੱਚ ਆ ਕੇ ਫਸਟ ਨੰਬਰ ਤੇ ਆ ਕੇ ਵੀ ਅਸੀਂ 10-10 ਹਜ਼ਾਰ ਰੁਪਏ ਦੀਆਂ ਨੌਕਰੀਆਂ ਕਰ ਰਹੇ ਹਾਂ, ਵੀ ਯਾਰ ਤੂੰ ਸਾਡੇ ਨਾਲ ਬਹੁਤ ਅੱਗੇ ਨਿਕਲ ਗਿਆ। ਪਰ ਕਹਿੰਦੇ ਖੈਰ ਕਿਸਮਤ ਦੀ ਗੱਲ ਹੁੰਦੀ ਆ, ਤੇਰਾ ਲੱਕ ਬਹੁਤ ਉੱਚਾ ਸੀਗਾ ਤੇਰਾ, ਤੇ ਵਾਹਿਗੁਰੂ ਨੇ ਤੇਰੀ ਵਧੀਆ ਸੁਣ ਲਈ, ਤੇ ਥੈਂਕ ਯੂ, ਬਹੁਤ ਚੰਗਾ ਲੱਗਦਾ ਜੀ। ਸਰ ਜੀ ਤੁਸੀਂ ਗੱਲ ਬਿਲਕੁਲ ਵਧੀਆ ਗੱਲ ਕਹੀ ਹੈ, ਉਹ ਫਰੰਟ ਤੇ ਬੈਠਦੇ ਸੀ ਤੇ ਤੁਸੀਂ ਪਿੱਛੇ ਬੈਠਦੇ ਸੀ? ਮੈਂ ਸਭ ਨਾਲੋਂ ਪਿੱਛੇ ਬੈਠਦਾ ਸੀਗਾ ਜੀ। ਉਹ ਮੈਰਿਟ ਚ ਆਉਂਦੇ ਸੀ? ਹਾਂਜੀ ਹਾਂਜੀ। ਤੁਸੀਂ ਕੁਛ ਨੰਬਰ ਲੈ ਕੇ ਪਾਸ ਹੁੰਦੇ ਸੀ ਮੇਰੇ ਵਾਂਗ? ਹਾਂਜੀ ਬਿਲਕੁਲ ਜੀ, ਸੋਚ 33 ਨੰਬਰ ਲੈ ਕੇ ਪਾਸ ਹੋਣਾ। ਮੈਂ ਤਾਂ ਕਈ ਵਾਰ ਵੈਸੇ ਮੈਂ ਫੇਲ ਵੀ ਹੋਇਆ। ਹਾਂਜੀ ਹਾਂਜੀ, ਮੈਂ ਕੈਮਰੇ 'ਚ ਦੱਸਣਾ ਚਾਹਾਂਗਾ। ਹਾਂਜੀ ਹਾਂਜੀ, ਕਿਸਮਤ ਨੇ ਇਹੋ ਜਿਹਾ ਰੁੱਖ ਬਦਲਿਆ। ਹਾਂਜੀ ਹਾਂਜੀ, ਅੱਜ ਉਹ 10 ਹਜ਼ਾਰ ਦੀ ਨੌਕਰੀ ਕਰ ਰਹੇ ਨੇ, ਤੁਸੀਂ ਅੱਜ ਕਰੋੜਾਂ ਦੇ ਵਿੱਚ ਖੇਡ ਰਹੇ ਹੋ। ਹਾਂਜੀ ਹਾਂਜੀ ਹਾਂਜੀ, ਬੜਾ ਮਾਣ ਮਹਿਸੂਸ ਹੁੰਦਾ ਮੈਨੂੰ ਉਸ ਕਲਾਕਾਰ ਦੇ ਨਾਲ ਬੈਠ ਕੇ, ਫਨਕਾਰ ਨਾਲ ਬੈਠ ਕੇ, ਜਿਨ੍ਹਾਂ ਨੇ ਇੰਨੇ ਧੂਮਾਂ ਮਚਾਈਆਂ ਹੋਈਆਂ ਨੇ ਸਾਰੇ ਪਾਸੇ, ਚੀਮਾ 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 ਹੋਇਆ ਪਿਆ। ਹਾਂਜੀ ਹਾਂਜੀ ਹਾਂਜੀ, ਔਰ ਤੁਹਾਨੂੰ ਪਤਾ ਜਦੋਂ ਤੁਹਾਡੀ ਇੰਟਰਵਿਊ ਕਰਨੀ ਸੀ ਅਸੀਂ ਆਪਣਾ ਸੈੱਟ ਨੂੰ ਵੀ ਚੇਂਜ ਕੀਤਾ, ਸਾਡੇ ਜਿਹੜੇ ਦਰਸ਼ਕ ਸਾਡਾ ਐਪੀਸੋਡ ਦੇਖਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਸਾਡਾ ਸੈੱਟ ਹੁੰਦਾ ਉਹ ਇੱਕ ਨਵੇਂ ਅੰਦਾਜ਼ ਅਸੀਂ ਪੇਸ਼ ਕੀਤਾ, ਕਿਉਂਕਿ ਸਾਡੇ ਇਸ ਐਪੀਸੋਡ ਦੇ ਵਿੱਚ ਨਵਾਂ ਕਲਾਕਾਰ, ਉਸ ਤਰ੍ਹਾਂ ਦਾ ਕਲਾਕਾਰ ਆਇਆ ਜਿਸ ਦੀ ਦੁਨੀਆ ਬਹੁਤ ਵੱਡੀ ਫੈਨ ਹੈ। ਔਰ ਸਰ ਇੰਨੇ ਥੋੜੇ ਟਾਈਮ ਦੇ ਵਿੱਚ ਇੰਨੀ ਉਪਲਬਧੀ ਪਾਉਣਾ, ਇਹਦੇ ਪਿੱਛੇ ਕਿਹਦਾ ਤੁਸੀਂ ਥੈਂਕਸਫੁਲ ਕਰਦੇ ਹੋ ਜਾਂ ਕਿਹਦਾ ਧੰਨਵਾਦ ਕਰਦੇ ਹੋ? ਮੇਰੇ ਯਾਰਾਂ ਦੋਸਤਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਜੀ। ਮੇਰਾ ਭਰਾ ਇੱਕ ਜਗਰੂਪ ਚੀਮਾ ਆਪਣਾ ਮਲੇਸ਼ੀਆ ਗਿਆ ਸੀ, ਹੁਣ ਤਾਂ ਜਲੰਧਰ ਲੁਧਿਆਣੇ ਸ਼ਹਿਰ ਰਹਿੰਦੇ ਨੇ ਉਹ, ਤੇ ਉਹਨੇ ਮੇਰੇ ਵੀਰੇ ਨੇ ਬਹੁਤ ਸਪੋਰਟ ਕੀਤੀ ਮੈਨੂੰ, ਉਹ ਮੇਰਾ ਸ਼ੇਅਰ ਕਰਦਾ ਰਹਿੰਦਾ ਸੀਗਾ ਵਟਸਐਪ ਤੇ, ਫੇਸਬੁੱਕ ਤੇ, ਬਹੁਤ ਜਗ੍ਹਾ ਤੇ ਮੇਰਾ ਸ਼ੇਅਰ ਕਰਦਾ ਰਹਿੰਦਾ ਸੀਗਾ। ਮੈਂ ਕਦੇ ਫੇਸਬੁੱਕ ਤੇ ਵੀਡੀਓ ਨਹੀਂ ਪਾਈ ਸੀਗੀ, ਮੈਂ ਸਿਰਫ ਵਟਸਐਪ ਦੇ ਗਰੁੱਪ ਦੇ ਵਿੱਚ ਪਾਉਂਦਾ ਹੁੰਦਾ ਸੀ ਵੀਡੀਓ, ਵਟਸਐਪ ਤੇ ਪਾਉਂਦਾ ਹੁੰਦਾ ਸੀਗਾ ਮੈਂ ਉਦੋਂ ਤਾਂ, ਮੈਨੂੰ ਫੇਸਬੁੱਕ ਮੈਂ ਯੂਜ਼ ਕਰਦਾ ਸੀ ਪਰ ਮੈਂ ਕਦੇ ਫੇਸਬੁੱਕ ਤੇ ਵੀਡੀਓ ਨਹੀਂ ਪਾਉਂਦਾ ਸੀਗਾ। ਉਹ ਮੇਰੀਆਂ ਜਿਹੜੀਆਂ ਵੀਡੀਓ ਹੁੰਦੀਆਂ ਸੀਗੀਆਂ ਉਹ ਵਟਸਐਪ ਤੋਂ ਚੱਕ ਕੇ ਪੇਜਾਂ ਤੇ ਪੈ ਜਾਂਦੀਆਂ ਸੀ, ਫੇਸਬੁੱਕ ਪੇਜਾਂ ਤੇ, ਪਰ ਮੈਂ ਕਦੇ ਫੇਸਬੁੱਕ ਤੇ ਵੀਡੀਓ ਨਹੀਂ ਪਾਈ ਸੀਗੀ ਆਪਣੀ। ਹਾਂਜੀ, ਨੇਚਰ ਕਿਹੋ ਜਿਹਾ ਹੈ ਕਿਹਨਾਂ ਦਾ ਜੀ? ਤੁਹਾਡਾ ਜੀ? ਮੇਰਾ ਤਾਂ ਵਧੀਆ ਹੀ ਹੈ ਜੀ, ਜਿਹੜਾ ਮਤਲਬ ਗੁੱਸੇ ਵਾਲਾ ਹੈ ਜਾਂ ਰੋਮਾਂਟਿਕ ਹੈ ਜਾਂ ਇਮੋਸ਼ਨਲ ਹੈ? ਨਹੀਂ, ਮੈਂ ਹਰ ਟਾਈਮ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਜੀ, ਵਧੀਆ ਤੇ ਬਹੁਤ ਵਧੀਆ ਜੀ। ਇੱਕ ਮੈਂ ਬਾਈਬਲ, ਮੈਨੂੰ ਬਾਈਬਲ ਪੜ੍ਹਨੀ ਬਹੁਤ ਪਸੰਦ ਆ ਜੀ, ਕਿਉਂ 3 ਟਾਈਮ ਮੈਂ ਬਾਈਬਲ ਪੜ੍ਹਦਾ ਹੁੰਦਾ। ਹੁਣ ਵੀ ਮੈਂ ਜਦੋਂ ਨਹਾ ਨੂ ਕੇ ਘਰੇ ਸੀਗਾ ਮੈਂ, ਹੁਣ ਫਿਰ ਬਾਈਬਲ ਪੜ੍ਹ ਕੇ ਫਿਰ ਮੈਂ ਆਇਆ ਜੀ, ਤੇ 3 ਟਾਈਮ ਮੇਰੀ ਰੋਜ਼ ਮੈਂ ਬਾਈਬਲ ਜ਼ਰੂਰ ਪੜ੍ਹਦਾ ਜੀ, ਸਵੇਰੇ ਦੁਪਹਿਰੇ ਸ਼ਾਮ ਨੂੰ, ਮੇਰੀ ਪੱਕੀ ਆ, ਮੈਨੂੰ ਬਹੁਤ ਚੰਗਾ ਲੱਗਦਾ, ਸਕੂਨ ਮਿਲਦਾ ਬਾਈਬਲ ਪੜ੍ਹ ਕੇ ਪ੍ਰਭੂ ਦਾ ਨਾਮ ਲੈ ਕੇ, ਤੇ ਪ੍ਰਾਰਥਨਾ ਵੀ ਮੈਂ ਵਧੀਆ ਕਰਦਾ ਜੀ, ਮੈਨੂੰ ਬਹੁਤ ਚੰਗਾ ਲੱਗਦਾ ਪ੍ਰਭੂ ਦਾ ਨਾਮ ਲੈ ਕੇ। ਜਿਵੇਂ ਤੁਸੀਂ ਬਾਈਬਲ ਦਾ ਜ਼ਿਕਰ ਕੀਤਾ, ਹਾਂਜੀ ਹਾਂਜੀ, ਤੁਸੀਂ ਪਹਿਲੇ ਕਲਾਕਾਰ ਹੋ ਹਾਂਜੀ ਹਿੰਦੁਸਤਾਨ ਦੇ, ਪੰਜਾਬ ਦੇ, ਹਾਂਜੀ, ਜਿਨ੍ਹਾਂ ਨੇ ਬਾਈਬਲ ਦਾ ਜ਼ਿਕਰ ਕੀਤਾ ਕਿ ਬਾਈਬਲ ਕਰਕੇ ਅੱਜ ਉਹਨਾਂ ਨੇ ਉਪਲਬਧੀਆਂ ਨੂੰ ਛੂਹਿਆ, ਹਾਂਜੀ, ਤੇ ਤੁਸੀਂ ਦੱਸ ਰਹੇ ਸਕੂਨ ਮਿਲਿਆ, ਹਾਂਜੀ ਹਾਂਜੀ, ਬਾਈਬਲ ਦੇ ਵਿੱਚ ਇਹੋ ਜਿਹੀ ਕਿਹੜੀ ਚੀਜ਼ ਤੁਹਾਨੂੰ ਮਤਲਬ ਤੁਹਾਡੇ ਦਿਲ ਨੂੰ ਛੂਗੀ, ਜਾਂ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹਦੇ ਨਾਲ ਤੁਹਾਨੂੰ ਸਕੂਨ ਮਿਲਦਾ ਔਰ ਤੁਸੀਂ ਅੱਜ ਇੱਥੋਂ ਦੀ ਇੱਥੇ ਤੱਕ ਪਹੁੰਚ ਗਏ? ਹਾਂਜੀ, ਤੇ ਬਾਈਬਲ ਦੇ ਵਿੱਚ ਮੈਨੂੰ ਇਹ ਚੰਗੀ ਲੱਗਦੀ ਹੈ ਇਹ ਚੀਜ਼ ਜੀ, ਜਿਹੜੇ ਮੈਨੂੰ ਗਾਲਾਂ ਕੱਢਦੇ ਆ ਤੇ ਜੋ ਵੀ ਮੇਰੇ ਬਾਰੇ ਮਾੜਾ ਚੰਗਾ ਬੋਲਦੇ ਆ, ਕਿ ਮੈਂ ਉਹਨਾਂ ਦੇ ਦਿਲ ਦੇ ਵਿੱਚ ਪਿਆਰ ਪਾਵਾਂ, ਪਿਆਰ ਦੀ ਭਾਵਨਾ ਪੈਦਾ ਕਰਾਂ, ਤੇ ਮੈਨੂੰ ਚੰਗਾ ਲੱਗਦਾ, ਬਹੁਤ ਚੰਗਾ ਲੱਗਦਾ ਜੀ ਮੈਨੂੰ ਜਦੋਂ ਮੈਂ ਬਾਈਬਲ ਪੜ੍ਹਦਾ ਹਾਂ। ਹਾਂਜੀ, ਬਸ ਮਤਲਬ ਇੱਕ ਜਿਹੜਾ ਪੋਜ਼ਿਟਿਵ, ਹਾਂ, ਪੋਜ਼ਿਟਿਵਿਟੀ ਆਉਂਦੀ ਹੈ। ਹਾਂਜੀ ਹਾਂਜੀ, ਮਤਲਬ ਜਿਹੜੇ ਲੋਕ ਤੁਹਾਡੇ ਖਿਲਾਫ ਨੇ, ਸਪੋਜ਼ ਕਰੋ ਜੇ ਸਾਡੇ ਲੋਕ ਜਿਵੇਂ ਖਿਲਾਫ ਨੇ, ਹਾਂਜੀ, ਉਹਨਾਂ ਦੀ ਸੋਚ ਨੂੰ ਪੋਜ਼ਿਟਿਵ ਕਰਨਾ ਜੀ, ਬਸ ਬਾਈਬਲ ਵੱਲੋਂ। ਹਾਂਜੀ 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 ਹਾਂਜੀ, ਤੇ ਮੈਂ ਵੀ ਦੇਖਿਆ ਕਿ ਬਾਈਬਲ ਚ ਬਹੁਤ ਸ਼ਕਤੀ ਹੈ ਔਰ ਇਹ ਅੱਜ ਸਾਫ਼ ਪ੍ਰੂਫ ਹੋ ਗਿਆ ਮੇਰੇ ਸਾਹਮਣੇ, ਪ੍ਰੂਫ ਹੋ ਗਿਆ ਕਿ ਬਾਈਬਲ ਨੇ ਜਿੰਨੀ ਜਲਦੀ ਤੁਹਾਨੂੰ ਸਟਾਰ ਬਣਾਇਆ, ਸ਼ਾਇਦ ਕਿਸੇ ਨੇ ਖਾਬ ਚ ਵੀ ਨਹੀਂ ਸੋਚਿਆ ਹੋਣਾ ਕਿ ਕਦੀ ਇੰਨੀ ਥੋੜੇ ਸਮੇਂ ਦੇ ਵਿੱਚ ਕੋਈ ਸਟਾਰ ਬਣ ਸਕਦਾ ਹੈ। ਹਾਂਜੀ ਹਾਂਜੀ, ਪਹਿਲਾਂ ਤਾਂ ਮੈਂ ਗੁਰਦੁਆਰਾ ਸਾਹਿਬ ਵੀ ਜਾਂਦਾ ਹੁੰਦਾ ਸੀਗਾ ਜੀ, ਘੱਟੋ ਘੱਟ 2-3 ਸਾਲ ਮੈਂ ਗੁਰਦੁਆਰਾ ਸਾਹਿਬ ਸਵੇਰੇ ਮੈਂ ਜਾਣਾ ਕੰਮ ਤੇ 7 ਵਜੇ, ਤੇ ਮੈਂ ਪਟਿਆਲੇ, ਸਾਰੇ ਸਿੰਗਰਾਂ ਨੂੰ ਪਤਾ ਵੀ ਹੈ ਜਿੰਨੇ ਵੀ ਕਲਾਕਾਰ ਆ ਜੀ ਆਪਣੇ, ਸਾਰਿਆਂ ਨੂੰ ਪਤਾ ਕਿ ਮੈਂ ਪਟਿਆਲੇ ਫੋਕਲ ਪੁਆਇੰਟ ਕੰਮ ਕਰਦਾ ਹੁੰਦਾ ਸੀਗਾ ਫੈਕਟਰੀ ਦੇ ਵਿੱਚ, ਤੇ ਉਸ ਤੋਂ ਸਵੇਰੇ 7 ਵਜੇ ਜਾਣਾ ਮੈਨੇ, ਜਦੋਂ ਮੈਂ ਉੱਥੋਂ ਰਾਤ ਨੂੰ ਮੈਂ ਵਿਹਲਾ ਹੋਣਾ, ਉਸ ਤੋਂ ਬਾਅਦ ਮੈਂ ਦੁੱਖ ਨਿਵਾਰਨ ਸਾਹਿਬ ਜਾਣਾ ਤੇ ਸੇਵਾ ਕਰਕੇ ਘੰਟਾ, ਅੱਧਾ ਘੰਟਾ ਸੇਵਾ ਕਰਕੇ ਫਿਰ ਮੈਂ
ਪਰਮਾਤਮਾ ਨੇ ਰੰਗ ਭਾਗ ਲਾਏ ਆ ਜੀ, ਬਸ ਇੰਨੇ 'ਚ ਖੁਸ਼ ਹੈ ਜੀ, ਬਸ ਵੱਧ ਨਾ ਦੇ ਦੀ ਬਸ, ਜਿਹਦੇ ਕਰਕੇ ਤੁਹਾਨੂੰ ਭੁੱਲ ਜਾਈਏ। ਦੇਖੋ ਜਿਵੇਂ ਬੜਾ ਪਿਆਰਾ ਅਲਫਾਜ਼ ਬੋਲਦੇ ਨੇ, ਇਹ ਕਹੇ ਹੁੰਦੀ ਹੈ ਕਲਾਕਾਰੀ, ਉਹ ਬੰਦਾ ਦਿਲੋਂ ਬੋਲਦਾ ਲਵ ਯੂ। ਤੁਹਾਨੂੰ ਪਤਾ ਸਰ, ਹਾਂਜੀ, ਅੱਜ ਜਿਹਦੇ ਵੀ ਮੈਨੂੰ ਮੈਸੇਜ ਆਉਂਦੇ ਨੇ, ਤੁਸੀਂ ਮੇਰੀ ਫੇਸਬੁੱਕ ਪ੍ਰੋਫਾਈਲ ਦਾ ਨਾਮ ਹੈਗਾ ਜਸਪ੍ਰੀਤ ਜੈਜ਼, ਓਕੇ, ਜਾ ਕੇ ਦੇਖੋਗੇ। ਇਹ ਸਿਰਫ ਚੀਜ਼ ਸਰ ਮੈਨੂੰ ਤੁਹਾਡੇ ਤੋਂ ਸਿੱਖਣ ਨੂੰ ਮਿਲੀ ਹੈ, ਲਵ ਯੂ ਕਹਿਣਾ। ਹਾਂਜੀ ਹਾਂਜੀ ਹਾਂਜੀ, ਜਿੰਨੇ ਮੈਨੂੰ ਮੈਸੇਜ ਆਉਂਦੇ ਨੇ ਸਰ, ਮੈਂ ਲਾਸਟ ਲਿਖਦਾ ਲਵ ਯੂ। ਸਰ ਉਹ ਇੰਨਾ ਲਵ ਯੂ, ਇੰਨਾ ਪਿਆਰ ਦਿੰਦਾ ਨਾ, ਔਰ ਇੰਨਾ ਸਕੂਨ ਮਿਲਦਾ ਨਾ, ਉਹ ਸਿਰਫ ਮੈਂ ਤੁਹਾਡੇ ਤੋਂ ਸਿੱਖਿਆ। ਅੱਜ ਮੈਂ ਇਸ ਚੀਜ਼ ਦੀ ਗਾਰੰਟੀ ਦਿੰਦਾ ਸਰ, ਥੈਂਕ ਯੂ ਤੁਹਾਡਾ, ਔਰ ਉਹੀ ਚੀਜ਼ ਤੁਹਾਨੂੰ ਅੱਗੇ ਬਹੁਤ ਲੈ ਕੇ ਜਾ ਰਹੀ ਹੈ ਸਰ। ਅੱਛਾ ਸਰ, ਖਾਨ ਸਾਹਿਬ ਦਾ ਤੁਸੀਂ ਦੱਸੋ, ਕਿਉਂਕਿ ਖਾਨ ਸਾਹਿਬ ਤੁਹਾਡੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਰੋਲ ਰਿਹਾ ਜੀ। ਹਾਂਜੀ ਹਾਂਜੀ, ਖਾਨ ਸਾਹਿਬ ਦਾ ਜੀ ਆਪਣਾ 8 ਜੂਨ 2017 ਨੂੰ ਬਰਥਡੇ ਆਉਂਦਾ ਹੁੰਦਾ, ਤੇ ਪਿਛਲੇ ਸਾਲ ਮੈਨੂੰ ਖਾਨ ਸਾਹਿਬ ਮਈ ਮਹੀਨੇ ਦੇ ਵਿੱਚ ਮਿਲੇ ਸੀਗੇ ਸਾਨੂੰ ਉੱਥੇ ਸਾਡੇ ਫਲੈਟ, ਤੇ ਜਿੱਥੇ ਮੈਂ ਭਾਈ ਇੰਦਰ ਵੀਰੇ ਉਹਨਾਂ ਨਾਲ ਰਹਿੰਦਾ ਹੁੰਦਾ ਸੀ, ਇੰਦਰ ਪਨੋਰੀ ਵੀਰੇ ਉਹਨਾਂ ਨਾਲ, ਤੇ ਪਿਛਲੇ ਸਾਲ ਮੈਨੂੰ ਮਈ ਮਹੀਨੇ ਦੇ ਵਿੱਚ ਮਿਲੇ ਸੀਗੇ, ਤੇ ਜੂਨ 8 ਜੂਨ 2017 ਉਹਨਾਂ ਪਿਛਲੇ ਸਾਲ ਬਰਥਡੇ ਸੀਗਾ ਜੀ ਉਹਨਾਂ ਦਾ। ਇਸ ਸਾਲ ਵੀ ਮੈਂ ਥੋੜ੍ਹਾ ਬਾਹਰ ਗਿਆ ਸੀਗਾ, ਮੇਰਾ ਸ਼ੋਅ ਸੀਗਾ, ਤੇ ਤਾਂ ਕਰਕੇ ਫਿਰ ਮੈਂ ਰਾਤ ਨੂੰ ਵਿਸ਼ ਕੀਤੀ ਭਾਅ ਜੀ ਨੂੰ, ਤੇ 8 ਜੂਨ 2017 ਨੂੰ ਭਾਈ ਦਾ ਜਨਮ ਦਿਨ ਵੀ ਸੀਗਾ ਤੇ ਭਾਈ ਦਾ ਫਗਵਾੜੇ ਸ਼ੋਅ ਵੀ ਸੀਗਾ, ਤੇ ਪਹਿਲੀ ਵਾਰ ਮੈਂ ਭਾਈ ਨੇ ਮੈਨੂੰ ਖਾਨ ਸਾਹਿਬ ਦੇ ਕਰਕੇ ਆ ਜੋ ਵੀ ਮੈਂ ਅੱਜ ਪਹਿਲੀ ਵਾਰ ਮੈਨੂੰ ਖਾਨ ਸਾਹਿਬ ਨੇ ਗਵਾਇਆ ਸੀਗਾ ਸਟੇਜ ਦੇ ਉੱਪਰ ਜੀ, ਤੇ ਜੋ ਵੀ ਆ ਬਜ ਭਾਜੀ ਕਰਕੇ ਆ, ਤੇ ਉਹਨਾਂ ਨੇ ਬਹੁਤ ਸਪੋਰਟ ਕਰਦੇ ਆ, ਹੁਣ ਵੀ ਸਪੋਰਟ ਕਰਦੇ ਆ, ਤੇ ਵਧੀਆ ਜੀ। ਰਾਤ ਨੂੰ 8:30 ਵਜੇ ਅਸੀਂ ਪਹਿਲਾਂ ਤਾਂ ਸ਼ੋਅ ਲਾ ਕੇ ਆਏ ਅਸੀਂ ਉੱਥੋਂ, 10-11 ਵਜੇ ਆਏ, ਅਤੇ ਉਸ ਤੋਂ ਬਾਅਦ ਫਿਰ ਕੇਕ ਕੱਟਿਆ ਭਾਜੀ ਦਾ, 8 ਜੂਨ 2017 ਨੂੰ ਬਰਥਡੇ ਆਉਂਦਾ ਹੁੰਦਾ ਭਾਜੀ ਦਾ। ਅਤੇ ਹਰਮਨ ਜਿਵੇਂ ਦਾ ਬਰਥਡੇ ਆਉਂਦਾ ਜੀ 13 ਸਤੰਬਰ ਨੂੰ, 13 ਸਤੰਬਰ ਦਾ ਮੇਰਾ ਬਰਥਡੇ ਆ ਜੀ, ਅਤੇ ਸਾਰਿਆਂ ਨੂੰ ਯਾਦ ਹੀ ਹੈ ਜੀ। ਜਦੋਂ ਹੁਣ ਅਸੀਂ ਯਾਦ ਰੱਖਾਂਗੇ, 13 ਸਤੰਬਰ ਹਰ ਸਾਲ ਹਰਮਨ ਚੀਮਨ ਸਾਹਿਬ ਦਾ ਬਰਥਡੇ ਆਉਂਦਾ। ਮੈਂ ਕਹਿੰਦਾ ਕਿ ਇੰਨੇ ਵਧੀਆ ਕਲਾਕਾਰ ਨੇ, ਰੂਹੋਂ ਇਹ ਗੱਲ ਕਰਦੇ ਨੇ, ਮੇਰੀ ਉਮਰ ਵੀ ਚੀਮਾ ਸਾਹਿਬ ਨੂੰ ਲੱਗ ਜਾਵੇ ਜੀ। ਚੀਮਾ ਸਾਹਿਬ ਬੜਾ ਮੈਂ ਦਿਲੋਂ ਸ਼ੁਕਰ ਗੁਜ਼ਾਰ ਹਾਂ ਉਸ ਦਾਤਾ ਦਾ, ਉਸ ਮੁਰਸ਼ਦ ਦਾ। ਹਾਂਜੀ ਹਾਂਜੀ, ਔਰ ਅੱਜ ਮੈਂ ਦਿਲੋਂ ਹਰ ਕਲਾਕਾਰ ਦੇ ਮੈਂ ਦਿਲੋਂ ਇੰਟਰਵਿਊ ਲੈਂਦਾ, ਲੇਕਿਨ ਜੋ ਤੁਹਾਡੇ ਨਾਲ ਮੇਰੀ ਜੋ ਤਾਰਾਂ ਜੁੜੀਆਂ ਨਾ, ਉਹ ਇੰਨੀਆਂ ਵਾਕਈ ਸਾਦਗੀ ਲੱਗ ਰਹੀ ਹੈ ਮੈਨੂੰ ਉਸ ਚੀਜ਼ ਦੇ ਵਿੱਚ। ਹਾਂਜੀ ਹਾਂਜੀ ਭਾਜੀ, ਤੇ ਭਾਜੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਜੀ, ਖਾਨ ਸਾਹਿਬ ਨੇ ਜੀ, ਅਮਰਦੀਪ ਨੇਸਰ ਭਾਜੀ ਦਾ, ਤੇ ਇੰਦਰ ਪੰਡੋਰੀ ਭਾਜੀ ਦਾ, ਪ੍ਰਦੀਪ ਜੀੜ ਵੀਰੇ ਦਾ, ਤੇ ਸਪੈਸ਼ਲ ਥੈਂਕਸ ਸਾਡਾ ਗੋਲਡਨ ਸਿੰਘੇੜਾ ਭਾਜੀ ਦਾ, ਬਹੁਤ ਸਾਥ ਦਿੱਤਾ ਸਾਰਿਆਂ ਨੇ। ਆਪਣੇ ਸਪੌਂਸਰ ਨੂੰ ਕਿ ਤੁਹਾਡਾ ਜਸਪ੍ਰੀਤ ਜੈਜ਼ ਜੀ ਦਾ ਵੀ ਸ਼ੋਅ ਲੱਗਿਆ, ਲਗਾ ਦੇ, ਬਸ ਤੁਹਾਡਾ ਪਿਆਰ ਹੈ ਜੀ। ਹਾਂਜੀ ਹਾਂਜੀ, ਜਿਹੜੇ ਵੀ ਸਪੌਂਸਰ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਬਸ ਕੋਈ ਗੱਲ ਨਹੀਂ, ਮੇਰਾ ਕੰਮ ਇੱਥੇ ਇੰਟਰਵਿਊ ਲੈਣਾ ਹੈ। ਹਾਂਜੀ ਹਾਂਜੀ, ਤੁਹਾਡੇ ਕੇ ਸਟਾਰਾਂ ਨੇ ਆਣਾ ਹੈ, ਅਸੀਂ ਤਾਂ ਸਰ ਹਨੇਰਾ ਨਹੀਂ, ਅਸੀਂ ਹਨੇਰਾ, ਤੁਸੀਂ ਸਟਾਰ ਹੋ ਭਾਜੀ, ਤੁਸੀਂ ਸਟਾਰ ਹੋ, ਤੁਸੀਂ ਇੰਟਰਵਿਊ ਕਰਦੇ ਸਾਡੇ ਕਲਾਕਾਰਾਂ ਦੀ ਸਾਰਿਆਂ ਦੀ, ਤੇ ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ। ਤੇ ਸੈੱਟ ਮੈਨੂੰ ਬਹੁਤ ਪਸੰਦ ਆਇਆ, ਤੇ ਬਹੁਤ ਵਧੀਆ ਲੱਗਿਆ ਮੈਨੂੰ ਸੈੱਟ। ਮੈਂ ਵੀ ਇਸ ਚੈਨਲ ਦੇ ਸੈੱਟ ਬਾਰੇ ਇਹਨਾਂ ਨੇ ਗੱਲ ਕੀਤੀ ਹੈ, ਮੈਂ ਆਪਣੇ ਕੈਮਰੇ ਬਾਰੇ ਖੁਦ ਕਹਿੰਦਾ ਕਿ ਹਰਮਨ ਚੀਮਾ ਸਾਹਿਬ ਲਈ ਸਾਡਾ ਸੈੱਟ ਹਮੇਸ਼ਾ 24 ਘੰਟੇ ਖੁੱਲ੍ਹਾ ਹੈ, ਜਦੋਂ ਮਰਜ਼ੀ ਤੁਸੀਂ ਆਓ ਇੱਥੇ ਸ਼ੂਟ ਕਰੋ, ਤੁਹਾਡਾ ਇਹ ਆਪਣਾ ਸੈੱਟ ਹੈ, ਤੁਹਾਡੇ ਲਈ ਸਾਡਾ ਸੈੱਟ ਹਮੇਸ਼ਾ ਤਿਆਰ ਹੈ। ਕਲਾਕਾਰਾਂ ਲਈ ਅਸੀਂ ਸੈੱਟ ਬਣਾਇਆ ਸਰ, ਹੋਰ ਇੱਥੇ ਕੋਈ ਅਸੀਂ ਬਿਜ਼ਨਸ ਤਾਂ ਕਰਦੇ ਨਹੀਂ ਹੈਗੇ ਜੀ, ਭਾਜੀ ਬਿਲਕੁਲ ਹੈ ਨਾ ਜੀ। ਅੱਛਾ ਸਰ, ਗਾਣਾ ਸੁਣਾਓ ਹੁਣ, ਕੋਈ ਕਿਹੜਾ ਸੁਣਾਈਏ, ਕੋਈ ਪਿਆਰਾ ਜਿਹਾ ਗਾਣਾ ਅੱਜ, ਹੁਣ ਰੋਮਾਂਟਿਕ ਦਾ ਸੁਣਾ ਦੋ। ਅੱਛਾ, ਤੁਸੀਂ ਨਾ ਇੱਕ ਮੁੱਛ ਨੂੰ ਤਾਂ ਦੇਣਾ, ਜਿਹੜੇ ਲੋਕ ਤੁਹਾਨੂੰ ਮਜ਼ਾਕ ਕਰਦੇ ਸੀ ਨਾ, ਉਸ ਲੋਕਾਂ ਨੂੰ ਅੱਜ ਅਸੀਂ ਦੱਸਣਾ ਹੈ ਕਿ ਜਿਸ ਨੂੰ ਤੁਸੀਂ ਮਜ਼ਾਕ ਕਰਦੇ ਸੀ, ਅੱਜ ਉਹ ਕਲਾਕਾਰ ਦੇਖੋ ਇਸ ਸੀਟ ਤੇ ਬੈਠਾ ਹੈ, ਇਸ ਤੇ ਪਰਮੀਸ਼ ਵਰਮਾ ਬੈਠਦੇ ਨੇ, ਇਸ ਤੇ ਨਿੰਜਾ ਬੈਠਦੇ ਨੇ, ਇਸ ਤੇ ਗੈਵੀ ਚਹਿਲ ਵੱਡੇ ਸਿੰਘ ਐਕਟਰ ਤੇ ਸਟਾਰ ਬੈਠਦੇ ਨੇ, ਅੱਜ ਉਸ ਕੁਰਸੀ ਤੇ ਤੁਸੀਂ ਬੈਠੇ ਹੋ। ਹਾਂਜੀ ਹਾਂਜੀ ਹਾਂਜੀ, ਚੀਮਾ ਸਾਹਿਬ ਹੁਣ ਤੁਸੀਂ ਆਏ ਹੋ ਤੇ ਗਾਣਾ ਸੁਣੀਏ, ਇੱਕ ਤੁਸੀਂ ਸੁਣਾਇਆ, ਇੱਕ ਦੋ ਹੋਰ ਸੁਣਾ ਕੇ ਤਾਂ ਤੁਹਾਨੂੰ ਦੱਸਾਂਗੇ ਕਿ ਜੀ ਸਾਨੂੰ ਕਿੰਨਾ ਮਜ਼ਾ ਆ ਰਿਹਾ। ਹਾਂਜੀ ਹਾਂਜੀ ਹਾਂਜੀ, ਗਾਣਾ ਆਪਣਾ ਆ ਰਿਹਾ ਜੀ, ਇੱਕ ਮੈਂ ਪਹਿਲਾਂ ਹੀ ਸੁਣਾ ਸਕਿਆ ਜੀਓ ਵਾਲਾ ਗਾਣਾ, ਸੋ ਦੁਬਾਰਾ ਤੋਂ ਮੈਂ ਸੁਣਾ ਦਿੰਦਾ, ਨਵਾਂ ਗਾਣਾ ਲੱਗਿਆ ਜੀ ਆਪਣਾ। ਨਹੀਂ ਸਰ, ਜੀਓ ਮੈਂ ਸੁਣ ਚੁੱਕਿਆ, ਮੈਨੂੰ ਹੋਰ ਗਾਣਾ ਸੁਣਾਓ, ਤੁਸੀਂ ਆਇਓ, ਮੈਂ ਘੱਟੋ ਘੱਟ 3-4 ਗਾਣੇ ਸੁਣ ਕੇ ਤੁਹਾਨੂੰ ਤਾਂ ਜਾਣ ਦੇਵਾਂਗਾ ਸਰ, ਮੈਂ ਨਹੀਂ ਜਾਣਦਾ। ਓਕੇ ਜੀ, ਓਕੇ 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 ਓਕੇ, ਗਾਣਾ ਸੁਣਾ ਦਿੰਦੇ ਹਾਂ ਜੀ, ਤੇ ਗਾਣਾ ਨਵਾਂ ਸੁਣਾ ਦਿੰਦੇ ਹਾਂ ਜੀ, ਕਹਿੰਦਾ ਜਿਹੜੇ ਪਹਿਲਾਂ ਆਇਆ ਉਹ ਸੁਣਾਵਾ ਜਾਂ ਨਾ, ਜਿਹੜੇ ਪਹਿਲੇ ਆਏ ਉਹ ਸੁਣਾ ਦੋ। ਓਕੇ 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 ਓਕੇ, ਹੋ ਮੈਂ ਇੱਕ ਪਿੰਡੂ ਜਾ ਲਖਾਰੀ,
ਉਹ ਥੋੜੀ ਬਹੁਤੀ ਕਲਾਕਾਰੀ, ਉਹ ਜੋ ਵੀ ਲਿਖਾਂ ਜੋ ਵੀ ਗਾਵਾਂ, ਉਹ ਪਹਿਲਾਂ ਉਸ ਨੂੰ ਸੁਣਾਵਾਂ, ਉਹ ਰਾਤੋ ਰਾਤ ਪਾ ਦਿੰਦੀ ਗਾ ਨਖਰੋ। ਉਹ ਕਮਿੰਗ ਸੂਨ ਵਾਲੇ ਗਾਣੇ ਚੀਮੇ ਦੇ, ਪਹਿਲਾਂ ਦਿੰਦੀ ਗੱਡੀ ਚ ਵਜਾ ਨਖਰੋ। ਕਮਿੰਗ ਸੂਨ ਵਾਲੇ ਗਾਣੇ ਯਾਰ ਦੇ, ਪਹਿਲਾਂ ਦਿੰਦੀ ਗੱਡੀ ਚ ਵਜਾ ਨਖਰੋ। ਲਵ ਯੂ ਸਾਰਿਆਂ ਨੂੰ। ਆਏ ਹਾਏ, ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ, ਕਿੰਨਾ ਪਿਆਰਾ ਗਾਣਾ ਗਾਇਆ। ਔਰ ਅੱਛਾ ਲੱਗਦਾ ਜਦੋਂ ਤੁਸੀਂ ਗਾਣਾ ਗਾਉਂਦੇ ਹੋ ਨਾ, ਜੀ ਹਾਂ ਜੀ, ਜੀ ਕਰਦਾ ਤੁਹਾਡੇ ਕੋਲ ਬੈਠ ਕੇ ਗਾਣੇ ਸੁਣੀ ਜਾਵਾਂ। ਨਹੀਂ ਨਹੀਂ ਸੁਣੀ ਜਾਓ ਜੀ। ਹਾਂ ਹਾਂ, ਇੱਕ ਮੇਰਾ ਗਾਣਾ ਲੱਗਿਆ ਜੀ, ਬਹੁਤ ਸੋਹਣਾ ਗਾਣਾ, ਤੇ ਉਹਦੇ ਤੇ ਕੋਈ ਫੀਮੇਲ ਸਿੰਗਰ ਹਲੇ ਸਿਲੈਕਟ ਕਰਨੀ ਆ, ਗਾਣਾ ਇਦਾਂ ਆ, ਬਹੁਤ ਸੋਹਣਾ ਗਾਣਾ ਆ, ਤੇ ਕੁੜੀ ਬੜੇ ਪਿਆਰ ਨਾਲ ਕਹਿੰਦੀ ਆ, ਉਹ ਵੀ ਮੈਂ ਅੱਥਰੀਆਂ ਜੱਟੀ ਹੱਥ ਕਿਸੇ ਦੇ ਨਾ ਆਵਾਂ, ਉਹ ਸਿਰੇ ਦੇ ਆ ਮੁੰਡਿਆਂ ਨੂੰ ਮਾਤ ਪਾਉਂਦੀ ਜਾਵਾਂ, ਅੱਖਾਂ ਦੇ ਇਸ਼ਾਰਿਆਂ ਨਾ ਹੈਂਗ ਕਰਦਾ, ਉਹ ਜਣੇ ਖਣੇ ਉੱਤੇ ਵੇ ਨਾ ਮੈਂ ਮਰਦੀ। ਅੱਗੇ ਮੁੰਡਾ ਕਹਿੰਦਾ, ਉਹ ਪਿੱਛੇ ਪਿੱਛੇ ਫਿਰੇਗੀ ਤੂੰ ਜਾਨਵਾਰ ਦੀ, ਉਹ ਜਦੋਂ ਜੱਟ ਨੇ ਵੀ ਕਾਲਾ ਜਾਦੂ ਕਰਿਆ, ਉਹ ਪਿੱਛੇ ਪਿੱਛੇ ਫਿਰੇਗੀ ਤੂੰ ਜਾਨਵਾਰ ਦੀ, ਉਹ ਜਦੋਂ ਜੱਟ ਨੇ ਵੀ ਕਾਲਾ ਜਾਦੂ ਕਰਿਆ। ਲਵ ਯੂ, ਨਵਾਂ ਗਾਣਾ ਜਲਦੀ ਕਰਾਂਗੇ ਆਪਾਂ। ਵਾਹ ਜੀ ਵਾਹ ਵਾਹ, ਪਿੱਛੇ ਫੈਨ ਬਣੇਗੀ, ਮਤਲਬ ਜਦੋਂ ਜੱਟ ਨੇ ਕਾਲਾ ਜਾਦੂ ਕਰਿਆ, ਪਿੱਛੇ ਪਿੱਛੇ ਫਿਰੇਗੀ ਤੂੰ ਜਾਨਵਰ ਦੀ ਜਦੋਂ ਜੱਟ ਨੇ ਵੀ ਕਾਲਾ ਜਾਦੂ ਕਰਿਆ। ਆਏ ਹਾਏ, ਵਾਹ ਜੀ ਵਾਹ ਵਾਹ ਵਾਹ। ਹਾਂਜੀ, ਦੇਖੋ ਇੰਨੇ ਤੁਹਾਡੇ ਜਿਹੜੇ ਗਾਣੇ ਨੇ ਉਹਨਾਂ ਚ ਦਮ ਵੀ ਹੈ, ਮਿਊਜ਼ਿਕ ਤਾਂ ਹੈਗਾ ਹੀ ਹੈਗਾ, ਔਰ ਬੋਲ ਜਿਹੜੇ ਬੋਲ ਨੇ ਉਹਨਾਂ ਚ ਵੀ ਬੜਾ ਦਮ ਹੈਗਾ। ਹਾਂਜੀ ਹਾਂਜੀ ਹਾਂਜੀ। ਤੁਹਾਡੇ ਫੇਵਰੇਟ ਸਟਾਰ ਕੌਣ ਨੇ? ਮੈਂ ਫੇਵਰੇਟ ਸਟਾਰ ਜੀ ਕਿਹੜੇ ਜੀ? ਪੰਜਾਬੀ ਇੰਡਸਟਰੀ ਤੋਂ, ਸਿੰਗਰ ਹੋ ਜਾਣ, ਐਕਟਰ ਹੋ ਜਾਣ, ਕੁਛ ਵੀ ਹੋਣ, ਕੋਈ ਵੀ ਹੋਣ ਜੀ। ਮੈਂ ਜ਼ਿਆਦਾ ਐਮੀ ਵਿਰਕ ਭਾਜੀ ਨੂੰ ਪਸੰਦ ਕਰਦਾ, ਦਲਜੀਤ ਭਾਜੀ ਨੂੰ ਮੈਨੂੰ ਵਧੀਆ ਲੱਗਦਾ, ਦਲਜੀਤ ਭਾਜੀ। ਤੇ ਪਹਿਲਾਂ ਇੱਕ ਦੋ ਵਾਰ ਮੈਂ ਮਿਲਿਆ ਵੀ ਉਹਨਾਂ ਨੂੰ, ਭਾਜੀ ਨੂੰ, ਤੇ ਐਮੀ ਵਿਰਕ ਨੂੰ, ਭਾਜੀ ਨੂੰ ਵੀ ਮੈਂ ਬਹੁਤ ਲਾਈਕ ਕਰਦਾ, ਵਧੀਆ ਐਕਟਰ ਨੇ ਉਹ। ਜੀ ਜੀ ਹਾਂਜੀ। ਤੁਸੀਂ ਕਦੀ ਛੋਟੇ ਜਦੋਂ ਤੁਸੀਂ ਬਚਪਨ ਦੇ ਵਿੱਚ ਹੋਏ ਹੋ, ਤੁਹਾਨੂੰ ਤੁਹਾਡਾ ਏਮ ਕੀ ਸੀ ਜ਼ਿੰਦਗੀ ਚ, ਕੀ ਬਣਨ ਦਾ? ਮੇਰਾ ਕਲਾਕਾਰ ਬਣਨ ਦਾ ਸੀ। ਦੋ ਤਿੰਨ ਵਾਰ ਤਾਂ ਮੈਂ ਹਟ ਵੀ ਗਿਆ ਸੀਗਾ, ਪਿੱਛੇ ਵੀ ਕੁਛ ਨਹੀਂ ਰੱਖਿਆ ਸਿੰਗਿੰਗ ਦੇ ਵਿੱਚ, ਪਰ ਫਿਰ ਮੇਰੇ ਇੱਕ ਦੋ ਜਿਹੜੇ ਮੇਰੇ ਵਧੀਆ ਫਰੈਂਡ ਸੀ ਖਾਸ, ਹੁਣ ਤਾਂ ਬਾਹਰ ਚਲ ਗਏ। ਇੱਕ ਤਾਂ ਅਮੈਰੀਕਾ ਚਲ ਗਿਆ ਸਾਡਾ ਭਰਾ, ਤੇ ਗੋਲਡੀ ਉਹਦਾ ਨਾਮ, ਤੇ ਇੱਕ ਕੈਨੇਡਾ ਚਲ ਗਿਆ, ਵਿੱਕੀ ਉਹਦਾ ਨਾਮ, ਤੇ ਉਹ ਚਲ ਗਏ। ਉਹਨਾਂ ਨੇ ਮੈਨੂੰ ਮਤਲਬ ਕਹਿੰਦੇ ਹੁੰਦੇ ਸੀਗੇ, ਦੋ ਤਿੰਨ ਵਾਰ ਤਾਂ ਮੈਂ ਪਿੱਛੇ ਵੀ ਹਟ ਗਿਆ ਸੀਗਾ ਵੀ ਕੁਛ ਨਹੀਂ ਰੱਖਿਆ ਕਲਾਕਾਰੀ ਦੇ ਵਿੱਚ, ਪਰ ਫਿਰ ਮੈਂ ਠੰਡੇ ਦਿਮਾਗ ਨਾਲ ਸੋਚਿਆ ਵੀ ਤੀਜੇ ਸਿੰਗਰ ਬਣਨਾ ਤਾਂ ਬਣਨਾ, ਜਿਵੇਂ ਮਰਜ਼ੀ ਬਣੀਏ। ਲੋਕਾਂ ਨੇ ਮਜ਼ਾਕ ਬਣਾਇਆ, ਜਿੱਦਾਂ ਕਿ ਭਾਜੀ ਸਾਡੇ ਡੈਵੀ ਭਾਜੀ ਨੇ ਕਿਹਾ ਕਿ ਲੋਕਾਂ ਨੇ ਮਜ਼ਾਕ ਬਣਾਇਆ ਤੇ ਰੱਬ ਨੇ ਬਾਂਹ ਫੜ ਲਈ, ਏਦਾਂ ਦਾ ਕੁਛ, ਤੇ ਵਾਕਈ ਰੱਬ ਨੇ ਬਾਂਹ ਫੜੀ ਜੀ ਆਪਣੀ, ਤੇ ਬਹੁਤ ਜ਼ਿਆਦਾ ਦੇਤਾ ਜੀ, ਸ਼ੁਕਰ ਗੁਜ਼ਾਰ ਕਰਦੇ ਹਾਂ ਜੀ ਉਹਨਾਂ ਦਾ। ਬਿਲਕੁਲ ਸਹੀ ਗੱਲ ਹੈ, ਮੈਨੂੰ ਅੱਜ ਕਨਵਰ ਗਰੇਵਾਲ ਸਾਹਿਬ ਦਾ ਯਾਦ ਆਇਆ ਕਿ ਕਹਿੰਦੇ ਕਨਵਰ ਗਰੇਵਾਲ ਭਾਜੀ ਨੂੰ ਤਾਂ ਮੈਂ ਬਹੁਤ ਉਹਨਾਂ ਦਾ ਸ਼ਗਿਰਦਾ ਜੀ, ਮੈਂ ਉਹਨਾਂ ਨੂੰ ਤਾਂ ਬਹੁਤ ਵਾਰ ਮਿਲਿਆ ਸਟੂਡੀਓ ਦੇ ਵਿੱਚ, ਸਾਡੇ 22 ਸੈਕਟਰ ਸਟੂਡੀਓ ਦੇ ਵਿੱਚ ਮੈਂ ਪਹਿਲੀ ਵਾਰ ਮਿਲਿਆ ਸੀਗਾ ਭਾਜੀ ਨੂੰ, ਤੇ ਉੱਥੇ ਕਾਫੀ ਵਾਰ ਮਿਲਿਆ ਮੈਂ ਭਾਜੀ ਨੂੰ, ਤੇ ਸਾਡੇ ਨਾਨਕੇ ਪਿੰਡ ਆਏ ਸੀਗੇ ਉਹ, ਮੈਂ ਦੱਸਿਆ ਸੀ ਉਹਨਾਂ ਨੂੰ, ਸਾਡੇ ਨਾਨਕੇ ਪਿੰਡ ਵੀ ਬਹੁਤ ਵਾਰ ਆਏ ਉਹ ਪ੍ਰੋਗਰਾਮ ਲਾਉਣ ਵਾਸਤੇ। ਤੁਸੀਂ ਕਰਮਾ ਗਰੇਵਾਲ ਸਾਹਿਬ ਨੂੰ ਕਹਿ ਦੋਗੇ ਕਿਸ ਦਿਨ ਮੇਰੇ ਸਟੂਡੀਓ 'ਚ ਵੀ ਆ ਜਾਓ? ਨਹੀਂ, ਜ਼ਰੂਰ 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 ਕਹਾਂਗੇ ਜੇ ਸਾਨੂੰ ਮਿਲੇ। ਮੈਂ ਉਹਨਾਂ ਦਾ ਸ਼ਾਗਿਰਦ ਹਾਂ ਜੀ, ਮੈਂ ਫੈਨ ਹਾਂ ਉਹਨਾਂ ਦਾ ਬਹੁਤ ਵੱਡਾ, ਤੇ ਬਹੁਤ ਸੋਹਣਾ ਗਾਉਂਦੇ ਨੇ ਉਹ, ਤੇ ਰਿਕੁਐਸਟ ਕਰਦਾ ਕਿ ਜਸਪ੍ਰੀਤ ਜੈ ਜੀ ਦੇ ਸਟੂਡੀਓ ਦੇ ਵਿੱਚ ਜ਼ਰੂਰ ਇੰਟਰਵਿਊ ਕਰਕੇ ਜਾਣ, ਤੇ ਬਹੁਤ ਸੋਹਣੀ ਇੰਟਰਵਿਊ ਕਰਦੇ ਆ ਸਾਰੇ ਕਲਾਕਾਰਾਂ ਦੀ। ਥੈਂਕ ਯੂ। ਥੈਂਕ ਯੂ। ਤਾਂ ਜਾਣ ਤੋਂ ਪਹਿਲਾਂ ਸਾਡੇ ਆਡੀਅੰਸ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਜੀ, ਵਧੀਆ ਗਾਣੇ ਸੁਣੋ, ਵਧੀਆ ਕਲਾਕਾਰ, ਸਾਰੇ ਵਧੀਆ ਕਲਾਕਾਰ ਆ, ਮੈਂ ਕੌਣ ਹੁੰਦਾ ਜੀ, ਬਹੁਤ ਸਾਰੇ ਸੋਹਣਾ ਵਧੀਆ ਗਾਉਂਦੇ ਨੇ ਜੀ। ਲਵ ਯੂ ਸਾਰਿਆਂ ਨੂੰ। ਉਮੀਦ ਕਰਦਾ ਕਿ ਹਰਮਨ ਜੀ ਮੈਂ ਜਿਹੜੀ ਗੱਲ ਕਹੀ ਆ ਕਿ ਫਿਲਮਾਂ 'ਚ ਆਊ ਕੁੜੀਏ, ਬਾਲੀਵੁੱਡ 'ਚ ਚੀਮਾ ਜਾਊ ਕੁੜੀਏ, ਤੇ ਜਲਦੀ ਹਰਮਨ ਚੀਮਾ ਫਿਲਮਾਂ ਦੇ ਵਿੱਚ ਆਊਗਾ, ਤੇ ਬਾਕੀ ਸਾਰੇ ਵਧੀਆ ਨੇ ਜੀ ਕਲਾਕਾਰ ਜਿੰਨੇ ਵੀ ਆਪਣੇ ਬਾਲੀਵੁੱਡ ਬਾਲੀਵੁੱਡ ਇੰਡਸਟਰੀ 'ਚ ਨੇ, ਸਾਰੇ ਵਧੀਆ ਕੰਮ ਕਰਦੇ ਨੇ। ਉਮੀਦ ਕਰਦਾ ਕਿ ਸਾਰੇ ਅੱਗੇ ਵੀ ਵਧੀਆ ਹੀ ਕਰਨਗੇ, ਤੇ ਮੇਰੇ ਜਿੰਨੇ ਫੈਨਸ ਆਸਟ੍ਰੇਲੀਆ, ਕੈਨੇਡਾ, ਨਿਊਯਾਰਕ, ਮੈਲਬਰਨ, ਟੋਰਾਂਟੋ, ਥਾਈਲੈਂਡ, ਓਨਟਾਰੀਓ, ਯੂਨਾਈਟਿਡ ਕਿੰਗਡਮ, ਲੰਡਨ, ਪੈਰਿਸ, ਫਰਾਂਸ, ਸੋ ਦਰਸ਼ਕਾਂ ਦੀ ਜਿਹੜੇ ਵਰਲਡ ਦੇ ਵਿੱਚ ਸਾਰਿਆਂ 'ਚ ਸਾਰੇ ਵਰਲਡ 'ਚ ਬੈਠੇ ਆ, ਸੋ ਉਹਨਾਂ ਦੀ ਇਹੀ ਡਿਮਾਂਡ ਹੁੰਦੀ ਆ ਕਿ ਹਰਮਨ ਜੀ ਮੈਂ ਇੱਕ ਵਾਰ ਕੰਟਰੀਆਂ ਦੇ ਨਾਮ ਦੇ ਦੇ। ਸੋ ਮੈਂ ਕੰਟਰੀਆਂ ਦੇ ਦੁਆਰਾ ਰਿਪੀਟ ਕਰ ਦੇਣਾ, ਮੇਰੇ ਜਿੰਨੇ ਫੈਨਸ ਆਸਟ੍ਰੇਲੀਆ, ਕੈਨੇਡਾ, ਨਿਊਯਾਰਕ, ਮੈਲਬਰਨ, ਟੋਰਾਂਟੋ, ਥਾਈਲੈਂਡ, ਓਨਟਾਰੀਓ, ਯੂਨਾਈਟਿਡ, ਲੰਡਨ, ਪੈਰਿਸ, ਫਰਾਂਸ, ਮਲੇਸ਼ੀਆ ਵਾਲਿਆਂ ਨੂੰ, ਲਵ ਯੂ ਸਾਰਿਆਂ ਨੂੰ। ਥੈਂਕ ਯੂ ਜੀ ਸਾਰਿਆਂ ਨੂੰ।